ਸਾਰੇ ਭੈਣ ਭਰਾ ਮੈਨੂੰ ਜੈਮ ਸੀ ਦੀ, ਮੇਰਾ ਨਾਮ ਤੀਰਥੋ ਰਾਣੀ ਆ, ਮੈਂ ਕਪੂਰਥਲੇ ਔਜਲਾ ਫਾਟਕ ਤੋਂ ਆਈ ਹਾਂ। ਮੇਰੀ ਗਵਾਹੀ ਇਹ ਆ ਕਿ ਮੈਂ ਜਦੋਂ ਮੇਰੇ ਬੱਚਾ ਹੋਣ ਵਾਲਾ ਸੀ, ਮੈਨੂੰ ਵੈਸੇ 12 ਤਰੀਕ ਦਿੱਤੀ ਸੀਗੀ, 12 ਦਸੰਬਰ, ਪਰ ਇਹ ਮੇਰੇ ਪਹਿਲਾਂ ਹੀ ਮੇਰੇ ਪੇਨ ਹੋਣੀ ਸ਼ੁਰੂ ਹੋ ਗਈ ਸੀ, ਅਤੇ ਮੈਂ ਫਿਰ ਬਹੁਤ ਜ਼ਿਆਦਾ ਪੇਨ ਹੋਣੀ ਸ਼ੁਰੂ ਹੋ ਗਈ, ਅਤੇ ਜਦੋਂ ਮੈਨੂੰ ਹੋਸਪਿਟਲ ਲੈ ਕੇ ਗਏ ਰਾਤ ਨੂੰ, ਅਤੇ ਡਾਕਟਰਾਂ ਨੇ ਮਤਲਬ ਕਿ ਮੇਰਾ ਪਹਿਲਾਂ BP ਚੈੱਕ ਕੀਤਾ ਜਦੋਂ, ਅਤੇ ਮੇਰਾ BP ਬਹੁਤ ਹਾਈ ਲੈਵਲ 'ਤੇ ਸੀਗਾ। ਜਦੋਂ ਮੇਰਾ BP ਹਾਈ ਲੈਵਲ 'ਤੇ ਸੀਗਾ, ਅਤੇ ਮੈਨੂੰ ਨਰਸ ਨੇ ਕਿਹਾ ਵੀ ਤੇਰਾ BP ਤਾਂ ਬਹੁਤ ਜ਼ਿਆਦਾ ਵਧਿਆ ਹੋਇਆ, ਹੁਣ ਇਹ ਘੱਟ ਹੋਊਗਾ ਅਤੇ ਫਿਰ ਹੀ ਬੱਚਾ ਹੋਣਾ ਆ। ਫਿਰ ਉਹਨੇ ਜਦੋਂ ਸਕੈਨ ਕੀਤੀ ਤਾਂ ਉਹ ਕਹਿੰਦੀ ਬੱਚਾ ਵੀ ਪੁੱਠਾ ਆ, ਵੀ ਇਹ ਤਾਂ ਅਤੇ ਇਹ ਤੈਨੂੰ ਬਹੁਤ ਪ੍ਰੋਬਲਮ ਹੋ ਸਕਦੀ ਆ, ਅਤੇ ਕੀ ਕੀਤਾ ਜਾ ਸਕਦਾ। ਫਿਰ ਮੈਂ ਉੱਥੇ ਹੀ ਬੈਠੀ ਨੇ ਪ੍ਰੇਅਰ ਟਾਵਰ ਤੋਂ ਪ੍ਰਾਰਥਨਾ ਕਰਵਾਈ ਸੀ ਫੋਨ 'ਤੇ ਪ੍ਰਾਰਥਨਾ ਕਰਵਾਈ ਸੀ ਉਹਨਾਂ ਨੇ, ਮੈਨੂੰ ਸਿਸਟਰ ਨੇ ਪ੍ਰਾਰਥਨਾ ਕੀਤੀ, ਕੋਈ ਗੱਲ ਨਹੀਂ ਬੱਚਾ ਤਾਂ ਤੂੰ ਬਿਲਕੁਲ ਸੁਰੱਖਿਅਤ ਹੀ ਆ, ਪ੍ਰਭੂ ਤੇਰੇ ਨਾਲ ਆ। ਮੈਨੂੰ ਚਲੋ ਵਿਸ਼ਵਾਸ ਹੋਇਆ ਕਿ ਮੇਰਾ ਪਰਮੇਸ਼ਰ ਮੇਰੇ ਨਾਲ ਆ, ਮੈਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ। ਫਿਰ ਮੇਰੀ ਡਿਲੀਵਰੀ ਹੋਈ ਅਤੇ ਇਹ ਮੇਰੀ ਬੱਚੀ ਪੁੱਠੀ ਪੈਦਾ ਹੋਈ, ਬਿਲਕੁਲ ਪੁੱਠੀ ਪੈਦਾ ਹੋਈ। ਜਦੋਂ ਇਹ ਪੁੱਠੀ ਪੈਦਾ ਹੋਈ ਤਾਂ ਇਹਦੀ ਡਿਲੀਵਰੀ ਤੋਂ ਬਾਅਦ ਮੈਨੂੰ ਡਾਕਟਰਾਂ ਨੇ ਡੈੱਡ ਡਿਕਲੀਅਰ ਕਰ ਦਿੱਤਾ ਕਿ ਮਰ ਚੁੱਕੀ ਆ। ਮੇਰੀ ਮੰਮੀ ਨੂੰ ਕਹਿਤਾ ਕਿ ਤੁਸੀਂ ਹੁਣ ਇਹਨੂੰ ਲੈ ਜਾਓ, ਵੀ ਨਹੀਂ ਇਹ ਬੱਚੀ ਨੇ ਹੁਣ ਇਹਨੂੰ ਅਸੀਂ ਬਚਾ ਨਹੀਂ ਸਕਦੇ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹਨੂੰ ਲੈ ਜਾਓ। ਮੇਰੀ ਮੰਮੀ ਬਹੁਤ ਪਰੇਸ਼ਾਨ ਹੋ ਗਈ ਵੀ ਮੈਂ ਹੁਣ ਇਹਨੂੰ ਕਿੱਥੇ ਲੈ ਕੇ ਜਾਵਾਂ, ਇਕੱਲੇ ਸੀਗੇ ਉਹ, ਥੋੜ੍ਹੇ ਟੈਨਸ਼ਨ 'ਚ ਆ ਗਏ, ਕਹਿੰਦੇ ਤੁਸੀਂ ਘਰ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਦਿਓ। ਫਿਰ ਮੇਰੇ ਮੰਮੀ ਨੇ ਮੇਰੀ ਭੂਆ ਨੂੰ ਫੋਨ ਕੀਤਾ, ਫਿਰ ਉਹ ਜਦੋਂ ਆਏ ਉਹਨਾਂ ਦੇ ਆਉਣ ਤੋਂ ਪਹਿਲਾਂ ਪ੍ਰਭੂ ਦੀ ਐਡੀ ਕਿਰਪਾ ਹੋਈ, ਮੈਂ ਘੰਟੇ ਦੇ ਵਿੱਚ ਦੁਬਾਰਾ ਆਪਣੇ ਮੇਰੇ ਸਾਹ ਦੁਬਾਰਾ ਚੱਲਣ ਲੱਗ ਗਏ। ਪ੍ਰਭੂ ਦੀ ਦਇਆ ਦੇ ਨਾਲ ਮੇਰੇ ਦੁਬਾਰਾ ਸਾਹ ਜਦੋਂ ਚੱਲਣ ਲੱਗ ਗਏ, ਅਤੇ ਡਾਕਟਰਾਂ ਨੇ ਲਾਗੇ ਆਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਮੈਨੂੰ ਛੱਡ ਕੇ ਚਲੇ ਗਏ ਸੀ, ਉਹ ਕਹਿੰਦੇ ਹੁਣ ਮਰ ਗਏ ਅਸੀਂ ਕੀ ਕਰ ਸਕਦੇ ਹਾਂ। ਫਿਰ ਉਹ ਦੁਬਾਰਾ ਮੇਰੇ ਕੋਲ ਆਏ ਸਾਰੇ, ਉਹਨਾਂ ਨੇ ਚੈੱਕ ਕੀਤਾ ਮੈਨੂੰ, ਅਤੇ ਉਹ ਕਹਿੰਦੇ ਨਹੀਂ ਠੀਕ ਆ, ਸਾਹ ਚੱਲਣ ਲੱਗ ਗਿਆ। ਪਰ ਪਹਿਲਾਂ ਉਹਨਾਂ ਨੇ ਸਾਈਨ ਕਰਵਾ ਲਏ ਸੀ ਕਿ ਸਟੇਟਮੈਂਟ ਲੈ ਲਈ ਸੀਗੀ ਵੀ ਇਹ ਮਰ ਚੁੱਕੀ ਹੈ, ਇਹਨੂੰ ਕੋਈ ਵੀ ਹੁਣ ਸਾਡਾ ਰਿਸਕ ਨਹੀਂ ਆ, ਤੁਹਾਡੇ ਰਿਸਕ 'ਤੇ ਹੀ ਉਹ ਕਹਿੰਦੇ ਸੀ ਮੇਰੀ ਮੰਮੀ ਨੂੰ। ਪਰ ਫਿਰ ਵੀ ਪ੍ਰਭੂ ਦੀ ਕਿਰਪਾ ਦੇ ਨਾਲ ਮੈਂ ਠੀਕ ਉਹ ਇੱਕ ਘੰਟੇ ਦੇ ਵਿੱਚ ਦੁਬਾਰਾ ਠੀਕ ਹੋ ਗਈ। ਇਹ ਮੇਰੇ ਪਰਮੇਸ਼ਰ ਦੀ ਦਇਆ ਸੀ ਜਿਹੜਾ ਮੈਂ ਦੁਬਾਰਾ ਸਾਹ ਲਏ, ਦੁਬਾਰਾ ਜਿੰਦਾ ਹੋਈ। ਮੈਂ ਤੁਹਾਨੂੰ ਦੱਸਣਾ ਚਾਹੁੰਦੀ, ਮੈਂ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਜਿਹੜੇ ਮੇਰੇ ਸਾਹ ਚੱਲਦੇ ਆ, ਇਹ ਖੋਜੇਵਾਲ ਚਰਚ ਤੋਂ ਪ੍ਰਾਰਥਨਾਵਾਂ ਦੇ ਦੁਆਰਾ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਚੱਲਦੇ ਆ। ਜੇ ਕਿਸੇ ਤੁਹਾਡੇ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸ਼ਕਲ, ਕੋਈ ਵੀ ਪ੍ਰੋਬਲਮ ਆ, ਤਾਂ ਤੁਸੀਂ ਵੀ ਪਰਮੇਸ਼ਰ ਨੂੰ ਕਬੂਲ ਕਰੋ, ਚਰਚ ਆਓ, ਅਤੇ ਤੁਹਾਡੀਆਂ ਵੀ ਇਹ ਮੁਸੀਬਤਾਂ ਪਰਮੇਸ਼ਰ ਹੱਲ ਕਰਨ ਦੀ ਤਾਕਤ ਰੱਖਦੇ ਆ, ਕਿਉਂਕਿ ਪਰਮੇਸ਼ਰ ਦੇ ਨਾਂ ਦੇ ਵਿੱਚ, ਯਸੂ ਦੇ ਨਾਂ ਦੇ ਵਿੱਚ ਸਭ ਕੁਛ ਸੰਭਵ ਆ। ਇਹ ਮੇਰੀਆਂ ਅੱਜ ਇਹ ਮੈਂ ਜੇ ਜੀਂਦੀ ਹਾਂ, ਜੇ ਮੈਂ ਸਾਹ ਲੈ ਰਹੀ ਹਾਂ, ਅਤੇ ਇਹ ਖੋਜੇਵਾਲ ਚਰਚ ਦੇ ਦੁਆਰਾ ਪ੍ਰਾਰਥਨਾਵਾਂ ਦੇ ਦੁਆਰਾ ਹੀ ਮੈਂ ਸਾਹ ਲੈ ਰਹੀ ਹਾਂ। ਬਹੁਤ ਸਾਰੇ ਲੋਕ ਨੇ ਜਿਹੜੇ ਭੀੜ ਦੇ ਵਿੱਚ ਯਿਸੂ ਮਸੀਹ ਨੂੰ ਲੱਭ ਰਹੇ ਨੇ, many people are finding Jesus in the crowd, ਅਤੇ ਬਹੁਤ ਸਾਰਿਆਂ ਨੂੰ ਅੱਜ ਯਿਸੂ ਮਸੀਹ ਲੱਭ ਰਿਹਾ ਹੈ, and to many Jesus Christ is fine. ਪਿੰਡੋ ਚਰਚ ਖੋਜੇਵਾਲਾ, ਨੇੜੇ ਸਾਇੰਸ ਸਿਟੀ, ਜ਼ਿਲ੍ਹਾ ਕਪੂਰਥਲਾ, ਪੰਜਾਬ, ਜਿਸ ਦੀ ਅਗਵਾਈ ਪਾਸਟਰ ਦਿਓਲ ਖੋਜੇਵਾਲਾ ਜੀ ਕਰ ਰਹੇ ਨੇ, ਜਿੱਥੇ ਹਰ ਐਤਵਾਰ ਤੇ ਹਰ ਵੀਰਵਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਤੇ ਆਪਣੀਆਂ ਆਸ਼ੀਸ਼ਾਂ, ਚੰਗਿਆਈਆਂ ਅਤੇ ਛੁਟਕਾਰੇ ਨੂੰ ਪ੍ਰਾਪਤ ਕਰਦੀਆਂ ਨੇ। ਜੇਕਰ ਤੁਸੀਂ ਦੁਖੀ ਹੋ, ਬਿਮਾਰ ਹੋ ਜਾਂ ਬੋਝ ਦੇ ਹੇਠ ਦੱਬੇ ਹੋ ਅਤੇ ਨਸ਼ੇ ਦੇ ਬੰਧਨਾਂ ਵਿੱਚ ਫਸੇ ਹੋ, ਤਾਂ ਪਵਿੱਤਰ ਭਵਨ
ਖੋਜੇਵਾਲਾ ਵਿੱਚ ਪ੍ਰਾਰਥਨਾ ਕਰਵਾਉਣ ਤੇ ਪ੍ਰਾਰਥਨਾ ਕਰਨ ਦੇ ਲਈ ਆਓ।